ਦੇਖ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਸਾਂਸਦਾਂ ਨੇ ਦੇਖ ਸਕਦੇ ਕਿ ਰਜਾਈਆਂ ਵੀ ਲੈ ਕੇ ਆ ਗਏ ਨੇ ਤੇ ਬਿਲਕੁਲ ਇਹਨਾਂ ਵੱਲੋਂ ਜਿਹੜਾ ਜੀ ਹੈ ਇੱਥੇ ਜਿਸ ਤਰ੍ਹਾਂ ਗੁਰਜੀਤ ਉਹਦੇ ਨਾਲ ਰਜਾਈਆਂ ਵਿਛਾ ਰਹੇ ਨੇ ਰੁਨੀਤ ਬਿੱਟੂ ਰਜਾਈਆਂ ਵਿਛਾ ਕੇ ਇਹਨਾਂ ਨੇ ਪੱਕਾ ਧਰਨਾ ਜੰਤਰ ਮੰਤਰ ਤੇ ਲਾਤਾ ਹੈ ਤੇ ਇੱਥੇ ਹੀ ਨੇ ਰਾਤ ਬਿਤਾ ਰਹੀਆਂ ਸਵੇਰੇ ਵੀ ਇਹਨਾਂ ਨੇ ਹੀ ਇੱਥੇ ਪ੍ਰੋਟੈਸਟ ਕੀਤਾ ਸਵੇਰੇ ਅ 10 ਵਜੇ ਬੈਠੇ ਸੀਗੇ ਉਸ ਤੋਂ ਬਾਅਦ ਸਾਰੇ ਐਮਪੀ ਜਿਹੜੇ ਬਾਕੀ ਸੀਗੇ ਕਿਉਂਕਿ ਇਹਦੇ ਵਿੱਚ ਮਨੀਸ਼ तिवारी ਵੀ ਸੀ ਪਰਨੀਤ ਕੌਰ ਵੀ ਸੀਗੀ ਅਮਰ ਸਿੰਘ ਕੇਟੀਐਸ ਤੁਲਸੀ ਉਹ ਸਾਰੇ ਚਲੇ ਗਏ ਪਰ ਇਹ ਦੋ ਸੰਸਦ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਉਹ ਬੈਠੇ ਹੋਏ ਨੇ ਤੇ ਇੱਥੇ ਹੀ ਇਹਨਾਂ ਨੇ ਧਰਨਾ ਜਿਹੜਾ ਇਹ ਲਾ ਲਿਆ ਹੈ ਪੱਕਾ ਧਰਨਾ ਜਿਹੜਾ ਜੀ ਹੈ ਉਹ ਇਹਨਾਂ ਵੱਲੋਂ ਜਿਹੜਾ ਹੈ ਇਹ ਲਾ ਲਿਆ ਹੈ ਦੇਖ ਸਕਦੇ ਕਿ ਇੱਥੇ ਹੀ ਆਪਣੇ ਮੋਬਾਈਲ ਵਗੈਰਾ ਰੱਖ ਕੇ ਤੇ ਡਿਨਰ ਵਿਨਰ ਵੀ ਇਹਨਾਂ ਨੇ ਇੱਥੇ ਹੀ ਕਰਨਾ ਦੇਖ ਸਕਦੇ ਹੋ ਬੈਗ ਇਹਨੇ ਪੱਕਾ ਧਰਨਾ ਲਾ ਕੇ ਇੱਕ ਇੱਕ ਚੀਜ਼ ਜਿਹੜੀ ਹੈ ਕਹਿ ਰਹੇ ਨੇ ਕਿ ਕਿਸਾਨ ਜੇ ਪੁঞ্জে ਬਹਿ ਸਕਦਾ ਬਿਨਾ ਛੱਤ ਤੋਂ ਤੇ ਅਸੀਂ ਵੀ ਬਹਿ ਸਕਦੇ ਕਿਉਂਕਿ ਜੰਤਰ ਮੰਤਰ ਇਲਾਕਾ ਹੈ ਪੂਰਾ ਧਾਰਾ 164 ਵਾਲੇ ਲੱਗੇ ਜਿਆਦਾ ਲੋਕ ਨੇ ਆ ਸਕਦੇ ਤੇ ਦੋਵਾਂ ਨੇ ਬਹਿ ਕੇ ਧਰਨਾ ਜਿਹੜਾ ਇਹ ਲਾ ਲਿਆ ਗੱਲਬਾਤ ਵੀ ਕਰਾਂਗੇ ਨਾਲ ਪੂਰਾ ਸਮਝਾਂਗੇ ਵੀ ਇੱਕ ਤਰਫ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਸਿੰਧੂ ਬਾਰਡਰ ਟਿਕਰੀ ਬਾਰਡਰ ਤੇ ਬਾਕੀ ਦੇ ਬਾਰਡਰਾਂ ਤੇ ਤੇ ਅੱਜ ਜੰਤਰ ਮੰਤਰ ਤੇ ਪੰਜਾਬ ਦੇ ਕਾਂਗਰਸ ਦੇ ਸੰਸਦਾਂ ਨੇ ਵੀ ਧਰਨਾ ਲਾਇਆ ਸਾਰੇ ਸੰਸਦ ਉੱਠ ਗਏ ਲੇਕਿਨ ਦੋ ਜਿਸ ਤਰ੍ਹਾਂ ਗੁਰਜੀਤ ਔਜਲਾ ਤੇ ਰਵਨੀਤ ਬਿੱਟੂ ਲਗਾਤਾਰ ਬੈਠੇ ਹੋਏ ਨੇ ਪਹਿਲਾ ਬ੍ਰੇਕਫਾਸਟ ਕੀਤਾ ਬਿਲਾਂਚ ਹੁਣ ਡਿਨਰ ਵੀ ਇਹਨਾਂ ਨੇ ਜੰਤਰ ਮੰਤਰ ਤੇ ਕੀਤਾ ਇਹਨਾਂ ਦਾ ਕਹਿਣਾ ਅਸੀਂ ਉਦੋਂ ਤੱਕ ਨਹੀਂ ਉੱਠਦੇ ਜਦੋਂ ਤੱਕ ਸਰਕਾਰ ਕੋਈ ਭਰੋਸਾ ਨਹੀਂ ਦਿੰਦੀ ਬਿਲਕੁਲ ਠੰਡ ਦੇ ਵਿੱਚ ਬੈਠੇ ਹੋਏ ਨੇ ਰਾਤ ਦਾ ਸਮਾਂ ਹੈ ਗੱਲਬਾਤ ਵੀ ਕਰਾਂਗੇ ਬਿੱਟੂ ਜੀ ਫਿਰ ਲਾ ਤਾਂ ਪੱਕਾ ਡੇਰਾ ਔਜਲਾ ਜੀ ਲਾ ਡੇਰਾ ਬਿਲਕੁਲ ਜੀ ਬਿਲਕੁਲ ਡੇਰਾ ਤੇ ਲਾਉਣਾ ਹੀ ਪੈਣਾ ਜੇ ਸਾਡਾ ਕਿਸਾਨ ਸਾਡਾ ਜਿਹੜਾ ਅੰਨ ਦਾਤਾ ਇਹ ਦੇਸ਼ ਦਾ ਜਦੋਂ ਉਹ ਬਾਹਰ ਬੈਠਾ ਹੈ ਅਸੀਂ ਇਹ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੇ ਹਾਂ ਵਿਸ਼ਾਸ਼ਨ ਬੁਲਾਓ ਉਹਦੀ ਵੀ ਗੱਲ ਸੁਣੋ ਤੇ ਕਾਨੂੰਨ ਰੱਦ ਕਰੋ ਤੇ ਦੇਸ਼ ਨੂੰ ਪ੍ਰਧਾਨ ਮੰਤਰੀ ਸਾਹਿਬ ਜਵਾਬ ਦੇਣ ਕਿ ਅੱਜ ਦੇਸ਼ ਨੂੰ ਆਪਣੇ ਬਣਾਈ ਹੋਈ ਥਾਣਾ ਬਣਾਈ ਹੋਈ ਸਰਕਾਰ ਕੋਲੋਂ ਜੇ ਕੋਈ ਗਲਤੀ ਹੁੰਦੀ ਹੈ ਤੇ ਕਾਨੂੰਨ ਵਾਪਸ ਕਰਾਉਣ ਵਾਸਤੇ ਇੰਨਾ ਸੰਘਰਸ਼ ਕਿਉਂ ਕਰਨਾ ਪੈ ਰਿਹਾ ਸਿੱਧੀ ਜੀ ਗੱਲ ਹੈ ਸੋ ਉਹ ਉਹ ਪਾਰਲੀਮੈਂਟ ਦਾ ਸੈਸ਼ਨ ਬੁਲਾਉਣ ਵਿੰਟਰ ਸੈਸ਼ਨ ਵੈਸੇ ਪੈਂਡਿੰਗ ਹੈ ਇਹ ਪਹਿਲੀ ਵਾਰੀ ਹੋਣਾ ਕਿ ਕਿਤੇ ਇਤਿਹਾਸ ਦੇ ਵਿੱਚ ਸਾਡੇ ਦੇਸ਼ ਦੀ ਜਾਦਦੀ ਤੋਂ ਬਾਅਦ ਜਦੋਂ ਪਾਰਲੀਮੈਂਟ ਸ਼ੁਰੂ ਹੋਇਆ ਪਹਿਲੀ ਵਾਰੀ ਵਿੰਟਰ ਸੈਸ਼ਨ ਨਹੀਂ ਹੋਣਾ ਔਰ ਇਹਨਾਂ ਦਾ ਫਰਜ਼ ਬੰਦਾ ਹੈ ਅਸੀਂ ਲੋਕ ਲੋਕਾਂ ਦੁਆਰਾ ਚੁਣੇ ਜਾਂਦੇ ਆ ਲੋਕਾਂ ਦੀ ਸਰਕਾਰ ਹੈ ਜੇ ਤੁਹਾਡੇ ਕੋ ਕਾਨੂੰਨ ਗਲਤ ਬਣ ਗਿਆ ਤੁਸੀਂ ਸਾਡੀ ਨਹੀਂ ਮੰਨੀ ਮੈਂਬਰ ਪਾਰਲੀਮੈਂਟਾਂ ਦੀ ਨਹੀਂ ਮੰਨੀ ਅਸੀਂ ਵਿਰੋਧਤਾ ਕਰਦੇ ਰਹੇ ਕਿ ਇਹ ਇਹਦੇ ਚ ਇਹਦੇ ਚ ਕੁਝ ਸੋਧ ਕਰ ਦਿਓ ਜਿੰਨੀ ਜਿਹੜੀ ਜਥੇਬੰਦੀ ਆਂਦੇ ਸੀ ਇਹ ਮੰਨੇ ਨਹੀਂ ਇਹਨਾਂ ਨੇ ਸਾਡੇ ਐਮਪੀ ਵੀ ਸਸਪੈਂਡ ਕਰਤੇ ਰਾਜ ਸਭਾ ਦੇ ਉਹਨਾਂ ਉੱਥੇ ਉੱਥੇ ਇਹਨਾਂ ਦਾ ਕਾਨੂੰਨ ਡਿੱਗਦਾ ਸੀ ਪਰ ਇਹਨਾਂ ਵਾਈਸ ਵੋਟ ਦੇ ਨਾਲ ਪਾਸ ਕਰਤਾ ਉਹ ਚੀਜ਼ ਉਹ ਚੀਜ਼ਾਂ ਜਿਹੜੀਆਂ ਨੇ ਅੱਜ ਇਹਨਾਂ ਨੂੰ ਫਟਾਣਾ ਦਿੱਤੀਆਂ ਦੰਦਾ ਨਾ ਖੋਲਣੀਆਂ ਪੈਣੀਆਂ ਨੇ ਇਹ ਅੱਜ ਵੀ ਖੋਲ ਲੈਣ ਇਹ ਕੱਲ ਖੋਲ ਲੈਣ ਇਹਨਾਂ ਨੇ ਜਿਹੜੀਆਂ ਗੰਢਾਂ ਪਾਈ ਦਿੱਤੀਆਂ ਨੇ ਖੋਲਣੀਆਂ ਪੈਣੀਆਂ ਨੇ ਕਾਨੂੰਨ ਵਾਪਸ ਲੈਣੇ ਪੈਣੇ ਨੇ ਧਰਨੇ ਤੇ ਬੈਠੇ ਦੋਵੇਂ ਪਰ ਬਾਕੀ ਦੇ ਸੰਸਦ ਨਜ਼ਰ ਨਹੀਂ ਆ ਰਹੇ ਉਹ ਤਾਂ ਚਲੇ ਗਏ ਸਾਰੇ ਆ ਰਹੇ ਨੇ ਸਾਰੇ ਹੋਣਗੇ ਤੁਸੀਂ ਸ਼ਾਮ ਤੱਕ ਇੱਥੇ ਰਹਿਣਾ ਆਪਾਂ ਬੈਠੇ ਸਾਰੇ ਸਾਰੇ ਬੈਠਣਗੇ ਕੋਈ ਚੱਕਰੀ ਨਹੀਂ ਹਾਂਜੀ ਇਹ ਦੱਸੋ ਮੈਨੂੰ ਕਿ ਜਿਸ ਤਰ੍ਹਾਂ ਧਰਨਾ ਲਾਇਆ ਸਭ ਕੁਝ ਕੀਤਾ ਇਸ ਤਰ੍ਹਾਂ ਪ੍ਰੈਸ਼ਰ ਕਿਸ ਤਰ੍ਹਾਂ ਪਾਓਗੇ ਸਰਕਾਰਾਂ ਤੇ ਕਿਉਂਕਿ ਇੱਕ ਤਰ੍ਹਾਂ ਤਾਂ ਕਿਸਾਨ ਕੇ 11 ਦਿਨ ਤੇ ਬੈਠ ਹੋਇਆ ਤੁਸੀਂ ਇਹ ਲੈਕਰਾਤ ਲਾਈ ਪਹਿਲਾਂ ਤੁਹਾਡਾ ਧੰਨਵਾਦ ਵੀ ਤੁਸੀਂ ਜਿਹੜਾ ਪਹਿਰਾ ਰੱਖਦੇ ਹੋ ਨਾ ਕਿਸੇ ਨੂੰ ਭੱਜਣ ਦਿੰਦੇ ਹੋ ਨਾ ਭੱਜਦੇ ਇਹ ਤੁਹਾਡਾ ਵੀ ਮੀਡੀਆ ਦਾ ਵੀ ਜਿਹੜਾ ਚੌਥਾ ਪਿੱਲਰ ਆ ਨਾ ਉਹ ਐਵੇਂ ਨਹੀਂ ਉਹਨੂੰ ਚੌਥਾ ਪਿੱਲਰ ਕਹਿੰਦੇ ਤੇ ਗੱਲ ਐਨੀ ਆ ਵੀ ਦੇਖੋ ਅਸੀਂ ਇੱਕ ਗੱਲ ਸਾਰਿਆਂ ਨੇ ਸੋਚੀ ਵਿਚਾਰੀ ਚਾਹੇ ਉਹਦੇ ਵਿੱਚ ਬਾਕੀ ਪਾਰਟੀਆਂ ਦੇ ਐਮਪੀ ਵੀ ਨੇ ਬਾਹਰਲੇ ਸੂਬਿਆਂ ਦੇ ਅਸੀਂ ਵੀ ਵੀ ਇਹਦਾ ਹੁਣ ਕਿਸਾਨ ਤਾਂ ਕਹਿੰਦਾ ਵੀ ਜੇ ਸਾਡੇ ਛਾਤੀ 'ਚ ਗੋਲੀਆਂ ਮਾਰੋ ਬੰਬ ਮਾਰੋ ਤਾਂ ਵੀ ਅਸੀਂ ਬੈਠੇ ਆ ਅਸੀਂ ਨਹੀਂ ਜਾਂਦੇ ਅੱਜ ਦੇ ਬਿਆਨ ਵੀ ਜਿਹੜੇ ਇਹਨਾਂ ਦੇ ਮਨਿਸਟਰ ਸਾਹਿਬ ਦੇ ਇਨਫੋਰਮੇਸ਼ਨ ਬ੍ਰॉडकास्टਿੰਗ ਮਨਿਸਟਰ ਨੇ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਤੋਂ ਪਤਾ ਲੱਗਦਾ ਵੀ ਓਵੇਂ ਓਵੇਂ ਤਣੇ ਬੈਠੇ ਆ ਹਜੇ ਵੀ ਉਹ ਪਾਰਟੀਆਂ ਤੱਕ ਹੀ ਬੈਠੇ ਆ ਵੀ ਇਹ ਕਿਸਾਨੀ ਸੰਘਰਸ਼ ਪਾਰਟੀਆਂ ਦਾ ਏ ਹੁਣ ਫਿਰ ਰਾਹ ਕੀ ਨਿਕਲ ਰਿਹਾ ਹੁਣ ਇੱਕ ਲੋਕਤੰਤਰ ਦਾ ਜਿਹੜਾ ਮੰਦਰ ਆ ਉਹ ਤਾਂ ਭਾਈ ਪਾਰਲੀਮੈਂਟ ਆ ਜਿੱਥੇ ਇਹ ਬਿੱਲ ਬਣਦੇ ਆ ਅਸੀਂ ਤਾਂ ਇਹ ਕਹਿ ਰਹੇ ਆ ਵੀ ਉੱਥੇ ਮੈਜੋਰਿਟੀ ਵੀ ਥੋੜੀ ਆ ਨਾ ਥੋੜੀ ਮਤਲਬ ਭਾਜਪੀ ਦੀ ਆ ਨਾ ਉੱਥੇ ਜਿਹੜੇ ਹੁਣ ਤੁਸੀਂ ਕਿਸਾਨ ਤਾਂ ਸਾਰਿਆਂ ਦੇ ਹੀ ਨੇ ਹੁਣ ਤੁਸੀਂ ਇਸ ਕੱਲਾ-ਕੱਲਾ ਉਹਨਾਂ ਦਾ ਕਲੌਜ਼ ਬਾਈ ਕਲੌਜ਼ ਗੱਲ ਸਮਝ ਲਈ ਉਹ ਚੁੱਪ ਕਰਕੇ ਸੈਸ਼ਨ ਸੱਦੋ ਵਿంటర్ ਸੈਸ਼ਨ ਵੈਸੇ ਵੀ ਉਹਦਾ ਟਾਈਮ ਇਹ ਕਦੇ ਹੋਇਆ ਹੀ ਨਹੀਂ ਵੀ ਇਹ ਹੁਣ ਤਾਂ ਸਭ ਤੋਂ ਔਖਾ ਟਾਈਮ ਹੈ ਤੇ ਵਿంటర్ ਸੈਸ਼ਨ ਸੱਦ ਕੇ ਉਹਨਾਂ ਦੇ ਹਿਸਾਬ ਨਾਲ ਬਿੱਲ ਬਣਾ ਕੇ ਉਹਨਾਂ ਨੂੰ ਵੀ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਘਰੇ ਤੋਰੋ ਕਿੰਨੇ ਬਜ਼ੁਰਗ ਸਾਡੇ ਤੁਸੀਂ ਸਾਨੂੰ ਬੈਠਣ ਦੀ ਗੱਲ ਕੀਤੀ ਆ ਅਸੀਂ ਆ ਆ ਉੱਤੇ ਦਿਖਾ ਦਿਓ ਜਰਾ ਵੀ ਇਹ ਕੋਈ ਇਹ ਨਾ ਕਹਦੇ ਵੀ ਇਹ ਤੰਬੂ ਲਾ ਕੇ ਬੈਠੇ ਆ ਕੋਈ ਕਿਤੇ ਕੋਈ ਇਹ ਛੱਤ ਥੱਲੇ ਬੈਠੇ ਆ ਅਸੀਂ ਵੀ ਕਿਸਾਨ ਆ ਅਸੀਂ ਵੀ ਕਿਸਾਨ ਆ ਅਸੀਂ ਕੋਈ ਲੀਡਰ ਹੋਣ ਨਾਤੇ ਨਹੀਂ ਬੈਠੇ ਉਹ ਜਲਾ ਸਾਹਿਬ ਜਾਂ ਸਾਰੇ ਐਮਪੀ ਜਿਹੜੇ ਅੱਜ ਗਏ ਆ ਬਾਰੀ-ਬਾਰੀ ਸਾਰੇ ਬੈਠਾਂਗੇ ਅਸੀਂ ਅਸੀਂ ਇਹ ਆਪਣੇ ਆਪ ਨੂੰ ਤਪਾਉਣ ਲਈ ਜੇ ਸਾਡਾ ਕਿਸਾਨ ਆਪਣੇ ਆਪ ਕਸ਼ਟ 'ਚ ਆ ਤੇ ਅਸੀਂ ਵੀ ਤਾਂ ਆਪਣੇ ਆਪ ਨੂੰ ਕਸ਼ਟ ਦਈਏ ਆਪਣੇ ਸਰੀਰ ਨੂੰ ਅਹਿਸਾਸ ਹੋ ਰਿਹਾ ਜਿਹੜਾ ਠੰਡ ਦੋ ਕਰ ਰਹੇ ਬਿਲਕੁਲ ਜਿਹੜੇ ਸਾਨੂੰ ਬਣਾਉਣ ਵਾਲੇ ਨੇ ਉਹ ਜਦੋਂ ਇਸ ਠੰਡ 'ਚ ਬੈਠੇ ਆ ਤੇ ਅਸੀਂ ਏਸੀਆਂ ਦੇ ਵਿੱਚ ਜਾਂ ਗਰਮ ਹੀਟਰਾਂ 'ਚ ਕਿਵੇਂ ਬਹਿ ਸਕਦੇ ਆ ਉਹ ਉਹਨਾਂ ਦਾ ਸੰਘਰਸ਼ ਆ ਜਿਹੜਾ ਉਹ ਸਿਆਸੀ ਸੰਘਰਸ਼ ਨਹੀਂ ਬਣਾਉਣਾ ਚਾਹੁੰਦੇ ਹੁਣਾ ਵੀ ਨਹੀਂ ਚਾਹੀਦਾ ਪਰ ਅਸੀਂ ਆਪਣੀ ਜ਼ਿੰਮੇਵਾਰੀ ਤਾਂ ਉਸ ਠੰਡ 'ਚ ਪੈ ਕੇ ਉਸ ਛੱਤ ਤੋਂ ਬਗੈਰ ਪੈ ਕੇ ਅਸੀਂ ਵੀ ਤਾਂ ਜੇ ਸਾਡੀ ਵੀ ਡਿਊਟੀ ਬਣਦੀ ਆ ਕਿ ਨਹੀਂ ਚਾਹੇ ਉਹ ਇੱਕ ਰਾਤ ਹੋਵੇ ਚਾਹੇ ਉਹ 5 ਘੰਟੇ ਹੋਣ ਉਹ ਮੈਟਰ ਨਹੀਂ ਕਰਦਾ ਪਰ ਇੱਥੇ ਥੱਲੇ ਬਗੈਰ ਛੱਤ ਤੋਂ ਇੱਕ ਕਿਸਾਨ ਹੋਣ ਨਾਤੇ ਤੇ ਕਿਸਾਨਾਂ ਦਾ ਦਰਦ ਤੇ ਉਹ ਸਾਡਾ ਦਰਦ ਅਸੀਂ ਅਸੀਂ ਅੱਜ ਅਸੀਂ ਤਾਂ ਐਮਪੀ ਆ ਮੰਨ ਲਿਆ ਚਲੋ ਸਾਡੇ ਜਿਹੜੇ ਬੱਚੇ ਨੇ ਸਾਡੀਆਂ ਜਿਹੜੀਆਂ ਅਗਲੀਆਂ ਪੀੜ੍hiyan ਨੇ ਉਹਨਾਂ ਨੇ ਤਾਂ ਜ਼ਮੀਨ ਤੇ ਨਾਲ ਹੀ ਪੜਨਾ ਭਾਈ ਅਸੀਂ ਤਾਂ 20 20 ਕਿਲੇ ਦੇ ਮਾਲਕ ਆ ਉਦੋਂ ਵੱਧ ਅਸੀਂ ਤਾਂ ਵੱਡੇ ਜ਼ਿਮੀਂਦਾਰ ਹੈ ਨਹੀਂਗੇ ਤੇ ਸਾਡੇ ਬੱਚਿਆਂ ਦੇ ਇਹ ਤਾਂ ਕਿਤੇ ਨਹੀਂ ਲਿਖਿਆ ਵੀ ਉਹਨਾਂ ਨੇ ਕੱਲ ਨੂੰ ਐਮਪੀ ਜਾਂ ਮੰਤਰੀ ਬਣਨਾ ਹੈ ਜਾਂ ਕੁਝ ਬਣਨਾ ਹੈ ਜ਼ਮੀਨ ਤਾਂ ਮੇਰੇ ਦਾਦਾ ਜੀ ਉਹ ਕੁਝ ਵੀ ਨਹੀਂ ਸੀ ਪਹਿਲਾਂ ਉਹੀ ਖੇਤੀ ਕਰਦੇ ਸੀ ਉਦੋਂ ਪਹਿਲਾਂ ਉਹਨਾਂ ਦੇ ਫਾਦਰ ਨੇ ਉਹੀ ਖੇਤੀ ਕਰਦੇ ਸੀ ਤੇ ਇਸ ਕਰਕੇ ਮੇਰੇ ਫਾਦਰ ਦੀ ਚਲੋ ਡੈਥ ਹੋ ਗਈ ਸੀ ਮੈਂ ਪੋਲਿਟਿਕਸ 'ਚ ਆ ਗਿਆ ਪਰ ਅਸੀਂ ਆਪਣੀ ਜ਼ਮੀਨਾਂ ਪਿੱਛੇ ਆਪਣੀ ਫਸਲਾਂ ਪਿੱਛੇ ਜਿੰਨਾ ਇੱਕ ਕਿਸਾਨ ਲੜਦਾ ਏ ਉਦੋਂ ਅਸੀਂ ਵੱਧ ਲੜਾਂਗੇ ਹੱਕਾਂ ਲਈ ਤਾਂ ਹੀ ਅਸੀਂ ਆਪਣੇ ਆਪ ਨੂੰ ਆਗੂ ਕਹਣ ਯੋਗ ਏ ਆ ਅਸੀਂ ਹਮੇਸ਼ਾ ਹੀ ਇਹ ਤਾਂ ਗੱਲ ਹੀ ਕੁਝ ਨਹੀਂ ਸੀਐਮ ਦੇ ਮੂਹਰੇ ਬੈਠੇ ਰਹੇ ਧਰਨਿਆਂ ਤੇ ਯਾਤਰਾਵਾਂ ਕਰ ਲੀਆਂ ਇਹ ਤਾਂ ਗੱਲ ਹੀ ਕੁਝ ਨਹੀਂ ਗਈ ਪਰ ਅਸੀਂ ਸਿਰਫ ਆਪਣੇ ਆਪ ਨੂੰ ਕਿਸੇ ਖਾਤਰ ਨਹੀਂ ਇਹ ਕੋਈ ਡਰਾਮਾ ਜਾਂ ਕੋਈ ਦਿਖਾਉਣ ਖਾਤਰ ਨਹੀਂ ਇਹ આરોਪ ਲੱਗ ਰਿਹਾ ਕਿ ਡਰਾਮਾ ਇਹ ਕੀਤਾ ਜਾ ਰਿਹਾ ਹੈ ਕਾਂਗਰਸ ਨੇਤਾਵਾਂ ਵੱਲੋਂ ਮੈਂ ਮੈਂ ਉਹੀ ਇਹੀ ਸਪਸ਼ਟ ਕੀਤੀ ਨਾ ਜੇ ਤਾਂ ਅਸੀਂ ਕਰਦੇ ਆਂ ਫਿਰ ਉਹ ਡਰਾਮਾ ਹੋ ਗਿਆ ਜੇ ਨਹੀਂ ਕਰਦੇ ਉਹ ਮੈ ਲੋ ਡਰਾਮਾ ਹੋ ਗਿਆ ਤੇ ਫਿਰ ਹੁਣ ਜਦੋਂ ਸਿਆਸਤਦਾਨ ਪਹਿਲੀਆਂ ਪੀੜ੍ਹੀਆਂ ਨੇ ਐਸਾ ਸਿਆਸੀ ਸਮੀਕਰਨ ਕਰਤੇ ਐਸਾ ਗੰਧਲੀ ਕਰਤੀ ਰਾਜਨੀਤੀ ਜੀ ਸਾਡੇ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਪੋਲਿਟਿਕਲ ਬੰਦਿਆਂ ਦੇ ਪਰ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਆ ਅਸੀਂ ਹਾਂ ਸਾਨੂੰ ਕਹਿ ਦੇਣ ਵੀ ਆ ਤੁਹਾਡੇ ਤੇ ਦਾਗ ਆ ਭਾਈ ਕਹਿ ਦੇਣ ਸਾਡੇ ਤੇ ਵੀ ਤੁਸੀਂ ਆ ਮਾੜੀ ਗੱਲ ਕੀਤੀ ਅੱਜ ਤੱਕ ਅਸੀਂ ਮੰਨਣ ਨੂੰ ਤਿਆਰ ਹਾਂ ਪਰ ਅਸੀਂ ਜਦੋਂ ਉਹਨਾਂ ਦੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਾਨੂੰ ਆਪ ਆਪਣਾ ਨਮਾਇੰਦਾ ਬਣਾਇਆ ਇਹ ਆਪਣਾ ਆਗੂ ਜਿੰਨਾ ਵੀ ਛੋਟਾ ਮੋਟਾ ਚੁਣਿਆ ਹੈ ਤੇ ਅਸੀਂ ਆਪਣੀ ਜ਼ਿੰਮੇਵਾਰੀ ਪਾਰਲੀਮੈਂਟ ਚ ਜਿੱਥੇ ਭੇਜਿਆ ਸਭ ਤੋਂ ਪਹਿਲਾਂ ਮੇਰੀ ਸਪੀਚ ਤੁਸੀਂ ਤੇ ਉਦੋਂ ਬਾਅਦ ਉਹ ਜਲਾਸਾ ਬੋਲੇ ਸੀ ਇਹ ਵੀ ਗਲੇ ਨੂੰ ਹੱਥ ਜੇ ਕਿਸਾਨ ਦੇ ਪਾਉਂਗੇ ਨਾ ਜਿਹਦਾ ਸਾਹ ਕੁੱਟੋਂਗੇ ਤਾਂ ਦੇਸ਼ ਦਾ ਸਾਹ ਬੰਦ ਹੋ ਜੂ ਇਹੀ ਉੱਥੇ ਕਿਹਾ ਸੀ ਤੇ ਅੱਜ ਉਹ ਦੇਸ਼ ਦਾ ਸਾਹ ਬੰਦ ਕਿਸਾਨ ਨੇ ਕਰਤਾ ਜੰਤਰ ਮੰਤਰ ਦੇ ਵਿੱਚ ਪਰਮਿਸ਼ਨ ਜਿਹੜੀ ਆ ਉਹ ਤਾਂ ਦੋ ਤਿੰਨ ਘੰਟੇ ਤੁਹਾਨੂੰ ਮਿਲੀ ਸੀਗੀ ਹੁਣ ਰਾਤ ਪਰ ਬੈਠੇ ਪੁਲਿਸ ਵੀ ਸਾਹਮਣੇ ਅਸੀਂ ਦੇਖ ਰਹੀ ਲੱਗੀ ਹੋਈ ਹੈ ਪਰਮਿਸ਼ਨ ਅਸਲੀ ਗੱਲ ਇਹ ਸੀ ਵੀ ਪਰਮਿਸ਼ਨ ਨਾ ਜਿਹੜੀ ਉਹ ਇਹਨਾਂ ਨੇ ਬਿਲਕੁਲ ਕੋਵਿਡ ਕਰਕੇ ਜਾਂ ਹੋਰ ਕਰਕੇ ਬਿਲਕੁਲ ਬੰਦ ਕੀਤੀ ਹੋਈ ਹੈ ਜੰਤਰ ਮੰਤਰ ਤੇ ਜਾਂ ਹੋਰ ਕਿਤੇ ਵੀ ਤੇ ਐਸੀ ਐਈ ਕਿਸਾਨਾਂ ਨੇ ਇਹਨਾਂ ਨੇ ਕੀਤਾ ਸੀ ਹੁਣ ਲੱਖਾਂ ਕਿਸਾਨ ਬੈਠਾ ਤੇ ਕੋਵਿਡ ਵੀ ਉੱਥੇ ਆ ਉਹ ਵਿਚਾਰੇ ਮਰ ਮਰ ਵੀ ਉਹਨਾਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਉਹ ਘਰੇ ਪਹੁੰਚ ਰਹੀਆਂ ਉਹ ਸ਼ਹੀਦ ਹੋ ਰਹੇ ਆ ਤੇ ਇਸ ਕਰਕੇ ਸਾਨੂੰ ਮੈਂਬਰ ਪਾਰਲੀਮੈਂਟ ਹੋਣ ਨਾਤੇ ਜੇ ਅਸੀਂ ਇੱਥੇ ਧਰਨੇ ਤੇ ਬਹਿ ਜਾਾਂਗੇ ਤਾਂ ਕੀ ਫਰਕ ਪੈ ਜਾਊਗਾ ਜੀ ਜਿੱਥੇ ਉਹ ਲੱਖਾਂ ਕਿਸਾਨ ਬੈਠਾ ਏ ਜੇ ਦਰਦ ਆ ਜੇ ਇਹਨਾਂ ਨੂੰ ਫਿਕਰ ਆ ਉਹਨਾਂ ਦਾ ਫਿਕਰ ਕਰਨ ਉਹਨਾਂ ਦੀ ਗੱਲ ਮੰਨ ਕੇ ਉਹਨਾਂ ਨੂੰ ਘਰੇ ਭੇਜਣ ਸਾਡਾ ਕੋਈ ਨਹੀਂ ਅਸੀਂ ਤਾਂ ਕਿਤੇ ਵੀ ਬਹਿ ਜਾਗੇ ਪੈ ਜਾਗੇ ਕੋਈ ਫਰਕ ਨਹੀਂ ਪਰ ਅਸੀਂ ਸਿਰਫ ਇੱਕ ਇਸ ਦਿੱਲੀ 'ਚ ਜਿੱਥੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਿੱਥੇ ਉਹਨਾਂ ਨੂੰ ਅਸਲੀ ਪਹੁੰਚਣਾ ਚਾਹੀਦਾ ਸੀ ਨਹੀਂ ਪਹੁੰਚਣ ਦਿੱਤਾ ਅਸੀਂ ਪਹੁੰਚ ਕੇ ਉਹਨਾਂ ਦੀ ਹੀ ਅਗਵਾਈ ਤਾਂ ਨਹੀਂ ਮੈਂ ਕਹਿ ਸਕਦਾ ਉਹ ਸਾਡੀ ਅਗਵਾਈ ਕਰ ਰਹੇ ਆ ਅਸੀਂ ਇੱਕ ਕਿਸਾਨ ਉਹਨਾਂ ਦੇ ਇੱਕ ਕਿਣਕਾ ਪਰ ਸਾਥੀ ਹੋਣ ਨਾਤੇ ਅਸੀਂ ਵੀ ਇਹਨਾਂ ਨੂੰ ਦਿਖਾ ਰਹੇ ਆ ਭਾਈ ਸਾਡਾ ਦਰਦ ਆ ਜਿਹੜਾ ਉਹਨੂੰ ਦਿੱਲੀ ਵਾਲਿਓ ਤੁਸੀਂ ਜਿਹੜੇ ਉਹਰੇ ਲਿਊਟਨਸ ਜਿਹਨੂੰ ਦਿੱਲੀ ਕਹਿੰਦੇ ਆ ਜਿਹੜੀ ਇੱਕ ਸੱਤਾ ਜਿੱਥੇ ਆ ਕੇਂਦਰ ਉਹਨੂੰ ਕਹਿੰਦੇ ਆ ਉਹਨੂੰ ਅਸੀਂ ਜਗਾਉਣ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਕਿਸਾਨ ਦੀ ચીਕ ਉਹ ਸੁਣਾਉਣਾ ਆ ਵੀ ਕਿਸਾਨ ਨੂੰ ਮਾਰੋ ਨਾ ਕਿਸਾਨ ਤੁਹਾਡੇ ਮੂਰੇ ਅੱਜ ਹੱਥ ਜੋੜ ਕੇ ਅੱਜ ਬੇਨਤੀਆਂ ਕਰ ਰਿਹਾ ਤੇ ਨਾਲ ਇਹਨਾਂ ਦੇ ਭਾਈ ਬਾਰਡਰਾਂ ਤੇ ਖੜੇ ਨੇ ਉਹ ਵੀਡੀਆਂ ਵੀ ਦੇਖ ਲਓ ਉਹ ਉੱਥੋਂ ਗਲਵਾਨ ਘਾਟੀ ਤੋਂ ਜਾਂ ਜੰਮੂ ਕਸ਼ਮੀਰ ਤੋਂ ਹਰ ਫੋਜੀ ਚਾਹੇ ਉਹ ਬੀਐਸਐਫ ਦਾ ਚਾਹੇ ਸੀਆਰਪੀ ਦਾ ਚਾਹੇ ਹਰਿਆਣੇ ਚਾ ਚਾਹੇ ਉਹ ਪੰਜਾਬ ਚ ਤੇ ਉਥੋਂ ਵੀਡੀਓ ਪਵਾ ਰਿਹਾ ਵੀ ਕੋਈ ਗੱਲ ਨਹੀਂ ਅਸੀਂ ਦੇਖ ਰਹੇ ਹਾਂ ਹੌਸਲਾ ਕਰੋ ਫਿਕਰ ਨਾ ਕਰੋ ਅਸੀਂ ਵੀ ਬਾਰਡਰ ਤੇ ਡਟੇ ਹੋਏ ਹਾਂ ਇਸ ਕਰਕੇ ਤੁਸੀਂ ਵੀ ਡਟੇ ਰਹੋ ਉਹ ਵਰਦੀ ਵਾਲਾ ਵੀ ਇਸ ਕਰਕੇ ਬਹੁਤ ਅੱਗੇ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਬੜੀ ਫਿਕਰ ਵਾਲੀ ਗੱਲ ਆ ਵੀ ਉਹ ਵਰਦੀ ਵਾਲਾ ਵੀ ਫਿਕਰਮੰਦ ਆ ਵੀ ਪਿੱਛੇ ਮੇਰੇ ਭਾਈ ਕਿਸਾਨ ਆ ਠੰਡ ਚ ਬੈਠੇ ਆ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਗੱਲ ਨਵੇੜ ਕੇ ਇਹਨਾਂ ਦੀ ਇਹ ਤਿੰਨੋਂ ਬਿੱਲ ਰੱਦ ਕਰਕੇ ਤੇ ਇੱਕ ਮੇਰੀ ਆਖਰੀ ਬੇਨਤੀ ਆ ਵੀ ਕੱਲ ਹੈਗਾ ਧਰਨਾ 8 ਤਰੀਕ ਦਾ ਬੰਦ ਰੱਬ ਦੇ ਵਾਸਤੇ ਇਹ ਚਾਉਂਦੇ ਆ ਮਾਹੌਲ ਖਰਾਬ ਕਰਨਾ ਕੋਈ ਵੀ ਕਿਸੇ ਨੂੰ ਧੱਕੇ ਨਾ ਕਿਸੇ ਦੀ ਗੱਡੀ ਭੰਨਣੀ ਨਹੀਂ ਕਿਸੇ ਦੀ ਗੱਡੀ ਸਾੜਨੀ ਨਹੀਂ ਕਿਸੇ ਦੀ ਦੁਕਾਨ ਧੱਕੇ ਨਾ ਬੰਦ ਨਹੀਂ ਕਰਾਉਣੀ ਹੱਥ ਜੋੜ ਕੇ ਤਿੰਨ ਵਾਰ ਭੁੱਖ ਲੱਗਦੀ ਐ ਇਸ ਢਿੱਡ ਨੂੰ ਤੇ ਤਿੰਨੋਂ ਵਾਰ ਕਿਸਾਨ ਨੂੰ ਯਾਦ ਕਰਕੇ ਵੀ ਇਹ ਢਿੱਡ ਚ ਅੰਨ ਜਾਂਦਾ ਤਾਂ ਉਹ ਕਿਸਾਨ ਕਰਕੇ ਜਾਂਦਾ ਸਾਰੇ ਕੱਲ ਨੂੰ ਪੀਸਫੁਲ ਆਪਣਾ ਕੱਲੀ ਕੱਲੀ ਦੁਕਾਨ ਗੱਡੀ ਕਾਰ ਬੰਦ ਕਰ ਲਓ ਪਰ ਕਿਸੇ ਨੂੰ ਧੱਕੇ ਨਾਲ ਨਾ ਕਰਾਇਓ ਇਹ ਮੌਕਾ ਭਾਲਦੇ ਆ ਵਾਇਲੈਂਟ ਪ੍ਰੋਟੈਸਟ ਖੋਜੇ ਤੇ ਉਦੋਂ ਬਾਅਦ ਅਸੀਂ ਆਪਣੀਆਂ ਚੰਮ ਦੀਆਂ ਚਲਾਈਏ ਇੱਕ ਮੇਰੀ ਇਹ ਬੇਨਤੀ ਸੀ ਬਿਲਕੁਲ ਆਗਲਾ ਸਾਹਿਬ ਇੱਕ ਜਿਸ ਤਰ੍ਹਾਂ ਮੈਂ ਗੱਲ ਵੀ ਕਰ ਰਿਹਾ ਸੀ ਕਿ ਪੁਲਿਸ ਅਸੀਂ ਦੇਖ ਰਹੀ ਖੜੀ ਹੋ ਗਈ ਹੈ ਲੱਗਦਾ ਗ੍ਰਿਫਤਾਰ ਕਰਕੇ ਲੈ ਜਾਗੇ ਫਿਰ ਅੱਗੇ ਕਿੱਦਾਂ ਠੀਕ ਹੈ ਜਿੱਦਾਂ ਪੁਲਿਸ ਦਾ ਜਿੱਦਾਂ ਦੇਖੋ ਉਹਨਾਂ ਨੂੰ ਸੈਕਸ਼ਨ ਨੇ ਉਹਨਾਂ ਆਪਣੇ ਸੈਕਸ਼ਨ ਫੋਲੋ ਕਰਨੇ ਨੇ ਸਾਡਾ ਜਿਹੜਾ ਦਰਦ ਆ ਸਾਡੀ ਜਿਹੜੀ ਪੀੜਾ ਆ ਅਸੀਂ ਆਪਣੀ ਪੀੜਾ ਦੱਸਣੀ ਹੈ ਤੋ ਅਸੀਂ ਜੋ ਕੁਝ ਕਰ ਰਹੇ ਆ ਅਸੀਂ ਲੋਕਤੰਤਰ ਤਰੀਕੇ ਨਾਲ ਕਰ ਰਹੇ ਆ ਅਸੀਂ ਕੋਈ ਕੋਈ ਵੀ ਕਾਨੂੰਨ ਤੋਂ ਬਾਹਰ ਰਹਿ ਕੇ ਕੰਮ ਨਹੀਂ ਕਰ ਰਹੇ ਉਹਨਾਂ ਸਾਨੂੰ ਕਿਹਾ ਸੀ ਕੋਈ ਬੰਦਾ ਨਹੀਂ ਨਾਲ ਲੈ ਕੇ ਉਹਨਾਂ ਕੋਈ ਬੰਦਾ ਦੱਸੋ ਜੀ ਕੋਈ ਹੈਗਾ ਧਾਰਾ 144 ਲੱਗੀ ਉਹ ਅਸੀਂ ਨਹੀਂ ਤੋੜ ਰਹੇ ਤੇ ਫੜਨਾ ਸਾਨੂੰ ਕਦੇ ਨਾਲ ਹੈ ਇੱਕ ਕੱਲ ਸਵੇ ਭਾਰਤ ਬੰਦ ਹੈ ਤੇ ਤੁਸੀਂ ਐਮਪੀ ਕਿੱਦਾਂ ਉਸ ਵਿੱਚ ਸ਼ਾਮਿਲ ਹੋਣਗੇ ਬਿਲਕੁਲ ਅਸੀਂ ਸ਼ਾਮਿਲ ਹੋਵਾਂਗੇ ਸਾਡਾ ਪਲਾਨ ਹੋਣ ਬਣੇਗਾ ਜਿਹੜਾ ਵੀ ਪਲਾਨ ਅੱਗੇ ਬਣਾਉਣੇ ਆ ਉਹਦੇ ਮੁਤਾਬਕ ਅਸੀਂ ਪੂਰਨ ਸਮਰਥਨ ਦੇਵਾਂਗੇ ਕਾਕਰੀ ਸਵਾਲ ਬਿੱਲ ਤੇ ਹੁੰਤੇ ਆ ਸਰਕਾਰ ਜਿਹੜੀ ਸੂਤਰਾਂ ਤੋਂ ਜਾਣਕਾਰੀ ਮਿਲਦੀ ਕਿ ਇੱਕ ਬਿੱਲ ਵਾਪਸ ਲੈਣ ਨੂੰ ਕਿਤੇ ਨਾ ਕਿਤੇ ਐਗਰੀ ਹੋ ਰਹੀ ਹੈ ਦੋ ਵਾਪਸ ਨਹੀਂ ਹੋਣਗੇ ਦੇਖੋ ਜਿੱਦਨ ਪਹਿਲਾ ਦਿਨ ਸੀ ਜਦੋਂ ਅਸੀਂ ਉੱਥੇ ਪਾਰਲੀਮੈਂਟ 'ਚ ਗੱਲ ਰੱਖੀ ਆ ਉਦੋਂ ਛੋਟੀ ਗੱਲ ਸੀ ਉਦੋਂ ਉਹ ਦੋ ਤਿੰਨ ਐਮੈਂਡਮੈਂਟਾਂ ਮੰਗਦੇ ਸੀ ਉਹਨਾਂ ਦੇ ਸਰਕਾਰ ਟਿਚਰਾ ਕਰਦੀ ਸੀ ਮਤਲਬ ਦਬਾਉਂਦੀ ਸੀ ਜਿਵੇਂ ਬਾਕੀ ਸਾਰੇ ਕਮਾਂ 3 370 'ਚ ਦਬਾਇਆ ਹੈ ਜੀਐਸਟੀ 'ਚ ਨੋਡ ਬੰਦੀ 'ਚ ਕਿ ਜਿਹੜਾ ਅਸੀਂ ਕਹਿਤਾ ਉਹ ਇਦਾਂ ਹੀ ਚੱਲੇਗਾ ਅਸੀਂ ਨਹੀਂ ਪਿਛਾੜਦੇ ਇੱਕ ਪੈਰ ਵੀ ਪਰ ਇਹ ਨਾ ਪੰਗਾ ਗਲਤ ਜਗ੍ਹਾ ਤੇ ਲੈ ਲਿਆ ਇਹ ਲੈ ਲਿਆ ਅੰਦਾ ਤੇ ਨਾਲ ਹੁਣ ਅੰਦਾ ਤਾਂ ਜਿਹੜਾ ਇੰਨਾ ਇੰਨਾ ਠੰਡਾਂ ਦੇ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਦ-ਮਿੱਦ ਕੇ ਜਿਨ੍ਹਾਂ ਨੇ ਫਸਲ ਪੈਦਾ ਕਰਨੀ ਆ ਜਿਹਨੂੰ ਇਹ ਵੀ ਨਹੀਂ ਪਤਾ ਕਿ ਫਸਲ ਦੇ ਮੇਰੇ ਘਰ ਆਉਣੀ ਆ ਕਿ ਨਹੀਂ ਆਉਣੀ ਉਹ ਵੀ ਪ੍ਰਮਾਤਮਾ ਦੀ ਮਿਹਰ ਨਾਲ ਮੌਸਮ ਤੇ ਡਿਪੈਂਡ ਆ ਇਹ ਨਾ ਪੰਗਾ ਲੈ ਲਿਆ ਉਹਦੇ ਨਾਲ ਤੇ ਇਹ ਅੰਨ ਖਾ ਕੇ ਅਸੀਂ ਜੇ ਕੋਈ ਬੰਦਾ ਚੱਲ ਰਿਹਾ ਅੱਜ ਜਿੱਦਾਂ ਟਰੈਕਟਰ ਟਰਾਲੀਆਂ ਚ ਅਸੀਂ ਤੇਲ ਪਾਉਨੇ ਆ ਤੇ ਜਿੱਦਾਂ ਅੰਨ ਪਾਕ ਅੰਨ ਲੈ ਅੰਨ ਖਾ ਕੇ ਅਸੀਂ ਚੱਲਦੇ ਆ ਨਾ ਉਹ ਸਾਰਾ ਹੱਡੀ એનર્ਜੀ ਜਿਹੜੀ ਸਾਰਿਆਂ ਬੰਦਿਆਂ ਦੀ ਆ ਉਹ ਉਹ ਅੰਨਦਾਤਾ ਦਿੰਦਾ ਏ ਸਾਨੂੰ ਅੰਨ ਪੈਦਾ ਕਰਕੇ ਅੱਜ ਤੁਸੀਂ ਵੀ ਕੈਮਰਾ ਫੜਿਆ ਰੋਟੀ ਖਾਧੀ ਫੜਿਆ ਦੋ ਦਿਨ ਨਾ ਖਾਓ ਕੈਮਰਾ ਵੀ ਨਹੀਂ ਫੜਿਆ ਜਾਣਾ ਤੁਹਾਡੇ ਕੋ ਸੋ ਉਹ ਅੰਨਦਾਤੇ ਨਾਲ ਇਹਨਾਂ ਨੇ ਪੰਗਾ ਲੈ ਲਿਆ ਅੱਜ ਉਹ ਪੰਗਾ ਇਹਨਾਂ ਨੂੰ ਜਿਹੜਾ ਆ ਮਹਿੰਗਾ ਪੈ ਗਿਆ ਇਹਨਾਂ ਨੇ ਸੋਚਿਆ ਸੀ ਬਾਕੀ ਵੀ ਸਾਰੇ ਅਸੀਂ ਅੰਡਾਨੀ ਬੰਦਨੀ ਨੂੰ ਬੇਚ ਚੁੱਕੇ ਆ ਸਮਾਨ ਤੇ ਇਹ ਵੀ ਵੇਚ ਦਿਓ ਕੀ ਫਰਕ ਪੈਂਦਾ ਸਾਨੂੰ ਮਤਲਬ ਵੱਡਾ ਜਿਹੜਾ ਫੀਲਡ ਆ ਉਹ ਵੱਡਾ ਬਿਜ਼ਨਸ ਆ ਉਹ ਇਹਦਾ ਖੇਤੀ ਨਾਲ ਸੰਬੰਧ ਰੱਖਦਾ ਏ 50% ਰੋਜ਼ਗਾਰ ਖੇਤੀ ਦਿੰਦੀ ਹੈ ਇਹਨਾਂ ਨੇ ਇਹਦੇ ਵੀ ਜਿਹੜੇ ਆਪਣੇ ਚਾਰ ਇਹਨਾਂ ਦੇ ਜਿਨ੍ਹਾਂ ਨੂੰ ਇਹ ਮਦਦ ਕਰਨਾ ਚਾਹੁੰਦੇ ਵੱਡੇ ਘਰਾਣਿਆਂ ਦੀ ਉਹਨਾਂ ਦੀ رائے ਦੇ ਨਾਲ ਕਾਨੂੰਨ ਇਹੋ ਜਿਹਾ ਬਣਾ ਦਿੱਤੇ ਵੀ ਗੱਲ ਹੀ ਕੋਈ ਨਹੀਂ ਸੁਣੀ ਜੇ ਕਾਨੂੰਨ ਪੜਦੇ ਬੰਦਾ ਕਹਿੰਦਾ ਇਹ ਇਹ ਦੇਸ਼ ਦੇ ਸ਼ਾਸਨਕਾਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਕਿ ਇਹਨਾਂ ਨੂੰ ਦੋ ਘਰਾਣੇ ਵੋਟਾਂ ਪਰ ਚਾਰ ਘਰਾਣੇ ਜਿਹੜੇ ਇਹਨਾਂ ਦੇ ਸਾਥੀ ਨੇ ਉਹਨਾਂ ਨੇ ਚੁਣਿਆ ਉਹ 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 ਉਹਨਾਂ ਦੇ ਉਹਨਾਂ ਦੇ ਮੁਤਾਬਕ ਕਾਨੂੰਨ ਬਣਾ ਰਹੇ ਨੇ ਸੋ ਇਹ ਗੱਲਾਂ ਜਿਹੜੀਆਂ ਨੇ ਅੱਜ ਅੰਨਦਾਤਾ ਸੜਕਾਂ ਤੇ ਆ ਗਿਆ ਅੱਜ ਅੰਨਦਾਤਾ ਸ਼ਕਤੀ ਜਿਹੜਾ ਆ ਪੂਰਨ ਤੌਰ ਤੇ ਉਹਨੇ ਇਹਨਾਂ ਸਰਕਾਰਾਂ ਦੇ ਕਰਤੀ ਆ ਕਿ ਬਿੱਲ ਵਾਪਸ ਲਾਓ ਅਸੀਂ ਉਤੋਂ ਘੱਟ ਗੱਲ ਨਹੀਂ ਕਰਨੀ ਅਸੀਂ ਸਿੰਬੋਲਿਕ ਤੌਰ ਤੇ ਖੜੇ ਆ ਆਪਣੇ ਕਿਉਂਕਿ ਅਸੀਂ ਲੋਕ ਧਰਤੀ ਚੋਂ ਨਿਕਲੇ ਆ ਅਸੀਂ ਲੋਕ ਇਹਨਾਂ ਸੰਘਰਸ਼ਾਂ ਚੋਂ ਨਿਕਲੇ ਆ ਔਰ ਅਸੀਂ ਇੱਕ ਆਮ ਕਿਸਾਨ ਦੇ ਪੁੱਤ ਆ ਅਸੀਂ ਖੜੇ ਆ ਸਾਨੂੰ ਵੀ ਇਹਨਾਂ ਦੇ ਦਰਦ ਆ ਅਸੀਂ ਤਾਂ ਅੱਜ ਚਾਰ-ਪੰਜ ਬਰੀ ਸਿੰਘੂ ਬਾਰਡਰ ਤੇ ਪੰਜ ਬਰੀ ਜਾ ਆਏ ਆ ਰਾਤ ਵੀ ਰਹੇ ਆ ਸੋ ਮੈਨੂੰ ਤੇ ਪਤਾ ਹੈ ਸਾਨੂੰ ਇਸ ਗੱਲ ਦਾ ਪਰ ਇਹਨਾਂ ਨੂੰ ਗੱਲ ਨਹੀਂ ਸਮਝਾਉਂਦੀ ਅਸੀਂ ਡਾਇਰੈਕਸ਼ਨ ਲੈਨੇ ਕਿਸਾਨ ਤੋਂ ਇਹ ਲੈਂਦੇ ਆਪਣੇ ਘਰਾਣਿਆਂ ਤੋਂ ਵੱਡਿਆਂ ਘਰਾਣਿਆਂ ਤੋਂ ਜਿਹੜੇ 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 ਵੱਡੇ ਇਹਨਾਂ ਦੇ ਮਿੱਤਰ ਨੇ ਇਹ ਡਾਇਰੈਕਸ਼ਨ ਉਧਰੋਂ ਲੈ ਕੇ ਤੁਰਦੇ ਕਾਨੂੰਨ ਬਣਾਉਂਦੀ ਅਸੀਂ ਇਹਨੇ ਡਾਇਰੈਕਸ਼ਨ ਲਓ ਉਹਦੇ ਤੋਂ ਜਿੰਨੇ ਜਿੰਨੂੰ ਤੁਸੀਂ ਕਹਿੰਦੇ ਫਾਇਦਾ ਪਹਚਾਉਣਾ ਅੱਜ ਪੈਸਾ ਕਿਨੂੰ ਨਹੀਂ ਚੰਗਾ ਕਿਸਾਨ ਕਿਹਦੇ ਨਹੀਂ ਖੇਤੀ ਕਰ ਰਿਹਾ ਕਮਾਈ ਕਰਨ ਵਾਸਤੇ ਆਪਣਾ ਨਿਰਬਾਹ ਜ਼ਿੰਦਗੀ ਦਾ ਚੰਗਾ ਕਰਨ ਵਾਸਤੇ ਉਹਦੇ ਕਰਜ਼ਈ ਹੋਇਆ ਪਿਆ ਉਹ ਆਂਦਾ ਮੈਨੂੰ ਹੋਰ ਨਾ ਮਾਰੋ ਮੇਰੀ ਇਹਨਾ ਕਾਨੂੰਨਾਂ ਨਾ ਮੇਰੀ ਮੇਰਾ ਨਹੀਂ ਸਰਦਾ ਮੇਰੇ ਮੇਰੀ ਜ਼ਮੀਨ ਵੀ ਚਲੀ ਜਾਣੀ ਆ ਮੈਂ ਇਹਨਾਂ ਨਾਲ ਨਹੀਂ ਲੜ ਸਕ ਤੁਸੀਂ ਕਹੀ ਜਾਂਦੇ ਕਾਨੂੰਨ ਬੜੇ ਚੰਗੇ ਆ ਕਮਾਲ ਦੀ ਗੱਲ ਐ ਜਿਹਦੇ ਤੁਸੀਂ ਫਾਇਦੇ ਦੀ ਗੱਲ ਕਰਦੇ ਹੋ ਕਹਿੰਦੇ ਮੈਨੂੰ ਫਾਇਦਾ ਨਾ ਦੋ ਭਾਈ ਮੈਂ ਨਹੀਂ ਮੰਨਦਾ ਆ ਬਿਹਾਰ ਆ ਐਪੀਐਮਸੀ ਐਕਟ ਉੱਥੇ 2006 ਦਾ ਕੈਨਸਲ ਹੋਇਆ ਠੀਕ ਐ ਉੱਥੇ ਨਾ ਬੰਦ ਕੀਤਾ ਅੱਜ ਬਿਹਾਰ ਦੀਆਂ ਵੀਡੀਓ ਆ ਰਹੀਆਂ ਉਹ ਵੀ ਰੋਂਦੇ ਕਿਸਾਨਾਂ ਦੇ ਸਾਡੇ ਦਾ ਝੋਨਾ ਨਹੀਂ ਚੱਕਦੇ ਸਾਡੀ ਤਾਂ ਕੋਈ ਫਸਲ ਨਹੀਂ ਚੱਕੀ ਜਾਣ ਦੀ ਉਹ ਉਹ ਉਸੇ ਰਾਹ ਦੇ ਪੰਜਾਬ ਨੂੰ ਪਾਉਣ ਦੇ ਆ ਸੋ ਤਾਂ ਮਤਲਬ ਧਰਨਾ ਜਿਹੜਾ ਲਗਾਤਾਰ جاری ਐ ਦੋਵੇਂ ਐਮਪੀ ਜਿਹੜੇ ਨੇ ਬੈਠੇ ਹੋਏ ਨੇ ਤੇ ਇਨਾ ਕਹਣਾ ਕਿ ਜਦੋਂ ਤੱਕ ਸਰਕਾਰ ਤੇ ਪ੍ਰੈਸ਼ਰ ਨਹੀਂ ਪੈਂਦਾ ਤਰਨਾ ਜਿਹੜਾ ਜਾਰੀ ਰਹੇਗਾ

643